नमस्कार दोस्तों, मैं ਤੁਹਾਡਾ ਆਪਣਾ ਐਸਕੇ ਸਕਸੈਨਾ ਹੈ। ਆਮਨੇ ਸਾਹਮਣੇ ਐਸੋਸੀਏਸ਼ਨ ਵੱਲੋਂ ਸਾਰੇ ਵੀਰ ਭਰਾਵਾਂ ਦਾ ਇਸ ਐਸੋਸੀਏਸ਼ਨ ਵਿੱਚ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਦੁੱਖ ਮੇ ਕਟੇ ਜਾਂ ਸੁਖ ਮੇ ਕਟੇ, ਜਿਨਾ ਤੋਂ ਹਰ ਹਾਲ ਮੇ ਹੋਗਾ। ਇਸੇ ਤਰੀਕੇ ਸੇ ਜ਼ਿੰਦਗੀ ਕੀ ਬਾਤ ਕਰੇ ਜਾਂ ਇੰਡੀਆ ਕੀ ਬਾਤ ਕਰੇ, ਪੰਜਾਬ ਕੀ ਬਾਤ ਕਰੇ, ਕਿਸੇ ਵੀ ਸੰਸਾ ਕੇ ਉੱਪਰ ਕਿਸੇ ਵੀ ਪ੍ਰਕਾਰ ਕਾ ਦੁੱਖ ਜਾਂ ਕਿਸੇ ਵੀ ਪ੍ਰਕਾਰ ਕੀ ਕੋਈ ਸਮੱਸਿਆ ਆਤੀ ਹੈ, ਤੋ ਜੇ ਐਸੋਸੀਏਸ਼ਨ ਆਮਨੇ ਸਾਹਮਣੇ ਐਸੋਸੀਏਸ਼ਨ ਹਰ ਵਕਤ, ਦਿਨ ਹੋ ਜਾਂ ਰਾਤ, हर वक्त उनका साथ देगी। हमें याद जुड़ कर रहे दोस्तों, सुख में नहीं मगर दुख में हमें जुड़ याद कीजिए। अगर कोई परेशानी आती है तो एसोसिएशन आमने सामने आपका हर वक्त साथ देती है, देती थी और देती रहेगी। नमस्कार। नमस्कार दोस्तों, मैं ਤੁਹਾਡਾ ਆਪਣਾ ਐਸਕੇ ਸਖਸਾਨਾ ਤਾਂ ਤੁਸੀਂ ਦੇ ਰਹੇ ਹੋ ਆਜ ਤੱਕ ਆਮਨੇ ਸਾਹਮਣੇ। ਦੋਸਤੋ, ਜਿਵੇਂ ਜਿਵੇਂ ਹੋਇਆ ਤੱਕ ਉੱਥੇ ਸਖਸਾਨਾ ਆਜ ਤੱਕ ਆਮਨੇ ਸਾਹਮਣੇ ਪਹੁੰਚਿਆ। ਪਤਾ ਸੀ ਗੱਲ ਕਰਾਂਗੇ ਅੱਜ ਪੱਤਰਕਾਰੀ ਭਾਈਚਾਰੇ ਦੀ। ਗੱਲ ਕਰੀਏ ਤਾਂ ਪੱਤਰਕਾਰ ਇੱਕ ਭਾਈਚਾਰੇ ਨਾਲ ਕਿਵੇਂ ਹੋ ਸਕਦਾ ਇਨਸਾਫ, ਅਸੀਂ ਗੱਲ ਕਰਨ ਸਮੇਂ ਦਾ ਜਨਤਕ ਪੁਲਿਸ ਦੀ ਗੱਲ ਕਰੀਏ ਕਿ ਕਿਵੇਂ ਕਿਸ ਤਰੀਕੇ ਨਾਲ ਇਨਸਾਫ ਕਰਦੀ ਹੈ ਜਾਂ ਨਹੀਂ ਕਰਦੀ। ਸਭ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਜਨਰਲ ਸ਼ਹਿਰ ਦੀ ਕ੍ਰੀਮ ਐਸੋਸੀਏਸ਼ਨ ਪੂਰੀ ਟੀਮ ਇਸ ਟਾਈਮ ਇੱਥੇ ਖੜੀ ਹੈ। ਪੱਤਰਕਾਰਾਂ ਦੀ ਗੱਲ ਕਰੀਏ ਤਾਂ ਦੋਸਤੋ, ਵੇਖਣ ਨੂੰ ਮਿਲਦਾ ਕਿ ਜਿਵੇਂ ਜਿਵੇਂ ਕਿਸਾ ਤੱਕਾ ਹੁੰਦਾ ਜਨਰਲ ਸ਼ਹਿਰ ਦਾ, ਮੰਨਿਆ ਪਰ ਮੰਨਿਆ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਦਾ ਹਰ ਇੱਕ ਪੱਤਰਕਾਰ, ਹਰ ਇੱਕ ਪੱਤਰਕਾਰ ਦਾ ਸਾਥ ਦਿੰਦਾ ਹੈ। ਸਭ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਮਲ ਜੋਸ਼ੀ ਜੀ ਉਹਨਾਂ ਨਾਲ। ਕਮਲ ਜੋਸ਼ੀ ਜੀ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਆਓ ਸਾਨੂੰ ਗੱਲਬਾਤ ਅੱਗੇ ਕਰੋ ਕਿ ਅੱਜ ਦਾ ਜਿਹੜਾ ਮਸਲਾ ਐਕਚੁਅਲ ਵਿੱਚ ਮੇਨ ਵੱਡਾ ਮਸਲਾ ਹੈ ਕੀ ਹੈ ਤੇ ਕੀ ਹੋਣਾ ਚਾਹੀਦਾ? ਅੱਜ ਇੱਕ ਬਹੁਤ ਹੀ ਗੰਭੀਰ ਮਸਲੇ ਦੇ ਵਿੱਚ ਡੀਐਮਏ ਐਸੋਸੀਏਸ਼ਨ, ਇੱਥੇ ਸਾਰੇ ਪੱਤਰਕਾਰ, ਅਸੀਂ ਸਾਰੇ ਸੀਪੀ ਆਫਿਸ ਦੇ ਬਾਹਰ ਖੜੇ ਹਾਂ। ਬਿਲਕੁਲ, ਇੱਕ ਆਮ ਬੰਦੇ ਦੇ ਨਾਲ ਸੁਣਿਆ ਸੀ ਕਿ ਧੱਕਾ ਹੁੰਦਾ, ਕਦੇ ਇਹ ਨਹੀਂ ਸੁਣਿਆ ਕਿ ਪ੍ਰੈਸ ਵਾਲਿਆਂ ਦੇ ਨਾਲ ਧੱਕਾ ਹੁੰਦਾ। ਬਿਲਕੁਲ, ਅੱਜ ਜਲੰਧਰ ਦੀ ਰੀੜ ਕਹਿਣ ਵਾਲੀ ਡੀਐਮਏ, ਜਿਹਦਾ ਵਜੂਦ ਪਿਛਲੇ ਸਾਲ ਦੇ ਕੋਵਿਡ ਤੋਂ ਚੱਲ ਰਿਹਾ ਔਰ ਉਸ ਤੋਂ ਪਹਿਲੇ ਵੀ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਜਿਹੜੇ ਆਪਣੀ ਲਾਈਨ ਦੇ ਵਿੱਚ ਜਿਹੜੀ ਆਪਣੀਆਂ ਸੇਵਾਵਾਂ ਦੇ ਰਹੇ ਸੀਗੇ, ਅੱਜ ਉਹ ਦਿਨ ਆ ਗਿਆ ਹੈ ਕਿ ਅੱਜ ਸਾਨੂੰ ਸੀਪੀ ਦਫ਼ਤਰ ਸਾਹਿਬ, ਇਹਨਾਂ ਸੀਪੀ ਦੇ ਸਾਹਮਣੇ ਬਹਿ ਕੇ ਅੱਜ ਧਰਨਾ ਦੇਣਾ ਪੈ ਰਿਹਾ ਆਪਣੀਆਂ ਮੰਗਾਂ ਪੂਰੀਆਂ ਕਰਨ ਵਾਸਤੇ, ਜਿਹੜਾ ਕਿ ਧੱਕਾ ਸਾਡੇ ਨਾਲ ਖੁਦ ਹੋਇਆ। ਸਾਡੇ ਡੀਐਮਏ ਦੇ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ, ਸਾਡੇ ਚੇਅਰਮੈਨ, ਸਾਡੇ ਸੈਕਟਰੀ, ਸਾਡੇ ਅਹੁਦੇਦਾਰਾਂ ਦੇ ਨਾਲ ਹੋਇਆ, ਜੋ ਕਿ ਇੱਕ ਬਹੁਤ ਹੀ ਦੁਖਦ ਖਬਰ ਆ। ਔਰ ਸਾਡੀ ਮੰਗ ਕੋਈ ਜ਼ਿਆਦਾ ਨਹੀਂ ਹੈ, ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਖਿਲਾਫ ਜਾਂ ਜਿਨ੍ਹਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ, ਜਿਹਦੇ ਕਿ ਬਕਾਇਦਾ ਰਿਕਾਰਡਿੰਗ ਸਾਡੇ ਐਸੋਸੀਏਸ਼ਨ ਦੇ ਆਗੂਆਂ ਕੋਲ ਹੈਗੀ ਹੈ, ਉਹ ਪ੍ਰਸ਼ਾਸਨ ਸੁਣੇ, ਉਹਨੂੰ ਸੁਣ ਕੇ ਉਹਦੇ ਉੱਤੇ ਜੋ ਲੀਗਲ ਕਾਰਵਾਈ ਬਣਦੀ ਹੈ ਉਹ ਲੀਗਲ ਕਾਰਵਾਈ ਕਰੇ। ਸਾਡੀ ਡਿਮਾਂਡ ਇਹੋ ਹੀ ਹੈ, ਸ਼ਾਂਤੀਪੂਰਕ ਧਰਨਾ। ਕੋਈ ਇੱਥੇ ਕੁਛ ਡਿਮਾਂਡ ਨਹੀਂ ਹੈਗੀ, ਅਸੀਂ ਇਹ ਨਹੀਂ ਚਾਹੁੰਦੇ ਯੇ ਕਰੋ ਵੋ ਕਰੋ ਫਲਾਣਾ ਕਰੋ, ਕੋਈ ਰਾਜਨੀਤਿਕ ਨਹੀਂ ਹੈ, ਕੋਈ ਕੁਛ ਨਹੀਂ ਹੈ, ਸਿਰਫ ਭਾਈਚਾਰਾ। ਐਕਚੁਅਲ ਵਿੱਚ ਜਿਹੜਾ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਜਾਂ ਫੋਨ ਦੇ ਉੱਤੇ ਰਿਕਾਰਡਿੰਗ ਹੈ, ਉਹ ਕਿਸ ਕਿਸ ਪਰਸਨ ਨੂੰ ਧਮਕੀ ਦਿੱਤੀ ਗਈ ਹੈ? ਜਿੱਥੋਂ ਤੱਕ ਮੇਰੀ ਨੌਲੇਜ ਹੈ, ਸਾਡੇ ਤਿੰਨ ਜਿਹੜੇ ਸਾਡੇ ਆਗੂ ਨੇ ਡੀਐਮਏ ਐਸੋਸੀਏਸ਼ਨ ਦੇ, ਚਾਹਲ ਸਾਹਿਬ, ਬੱਗਾ ਜੀ ਔਰ ਬੁਲੰਦ ਜੀ, ਜਿੱਥੋਂ ਤੱਕ ਮੇਰੀ ਨੌਲੇਜ ਹੈ ਕਿ ਇਹਨਾਂ ਤਿੰਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਅੱਜ ਤੁਹਾਡਾ ਜਿਹੜਾ ਜੋ ਵੀ ਅਸੀਂ ਕਰਾਂਗੇ ਯੇ ਹੈ ਉਹ ਹੈ, ਤੁਹਾਨੂੰ ਘਰ ਨਹੀਂ ਪਹੁੰਚਣ ਦੇਵਾਂਗੇ, ਯੇ ਕਰਾਂਗੇ ਵੋ ਕਰਾਂਗੇ ਫਲਾਣਾ ਕਰਾਂਗੇ ਇੱਦਾਂ ਕਰਾਂਗੇ, ਕੋਈ ਉਹਨਾਂ ਨੂੰ ਪੋਲੀਟੀਕਲ ਸ਼ੈਲਟਰ ਹੈਗਾ ਨਹੀਂ ਹੈਗਾ, ਕਿਸੇ ਪ੍ਰਸ਼ਾਸਨ ਦਾ ਸ਼ੈਲਟਰ ਨਹੀਂ ਹੈਗਾ, ਇਹ ਸਭ ਗੱਲਾਂ ਆਈ ਡੋਂਟ ਨੋ ਉਹਨਾਂ ਦੀਆਂ ਕਿੰਨੀਆਂ ਭਾਰੀ ਨੇ ਜਾਂ ਕਿੱਦਾਂ ਹੈਗੀਆਂ ਨੇ, ਪਰ ਅਸੀਂ ਡਰਦੇ ਨਹੀਂ, ਅਸੀਂ ਸ਼ਾਂਤੀਪੂਰਵਕ ਨਾਲ ਸਾਰਾ ਆਪਣਾ ਐਸੋਸੀਏਸ਼ਨ ਲੈ ਕੇ ਇੱਥੇ ਬੈਠੇ ਹਾਂ ਔਰ ਮੰਗ ਸਿਰਫ ਇਹੋ ਹੀ ਕਰ ਰਹੇ ਹਾਂ ਕਿ ਜੋ ਬਣਦਾ ਹੈ ਉਹ ਕਾਰਵਾਈ ਕੀਤੀ ਜਾਵੇ, ਜੋ ਸਾਡਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ। ਗਰਮੀ ਦੇ ਵਿੱਚ ਬੈਠੇ ਆ, ਰੀੜ ਹੁੰਦੀ ਹੈ ਭਾਜੀ, ਤੁਸੀਂ ਖੁਦ ਇੱਕ ਪੱਤਰਕਾਰ ਹੋ, ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸ਼ਾਂਤੀਪੂਰਵਕ ਧਰਨਾ ਡੀਐਮਏ ਐਸੋਸੀਏਸ਼ਨ ਅੱਜ ਦੇ ਰਹੀ ਹੈ, ਜਿਹਨੇ ਸਹੁੰ ਖਾਧੀ ਸੀ ਕਿ ਡੀਐਮਏ ਕਦੀ ਧਰਨਾ ਨਹੀਂ ਲਾਏਗੀ। ਡੀਐਮਏ ਨੇ ਇੱਥੇ ਆ ਕੇ ਜਦੋਂ ਸੀਪੀ ਸਾਹਿਬ ਆਏ ਸੀ, ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ, ਇੱਥੇ ਸਹੁੰ ਖਾਧੀ ਸੀ ਕਿ ਡੀਐਮਏ ਕਦੀ ਧਰਨਾ ਨਹੀਂ ਲਾਏਗੀ। ਜੋਸ਼ੀ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਕਿ ਪੁਲਿਸ ਕਿਸੇ ਦੀ ਮਿਹਤ ਨਹੀਂ ਆ ਗਈ, ਫਿਰ ਵੀ ਪੁਲਿਸ ਦਾ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ? ਪੁਲਿਸ ਤੇ ਮੈਨੂੰ ਪੂਰਾ ਵਿਸ਼ਵਾਸ ਹੈ। ਵਿਸ਼ਵਾਸ ਹੈ, ਬਿਲਕੁਲ। ਵਿਸ਼ਵਾਸ ਦੀ ਗੱਲ ਕਰੀਏ ਤਾਂ ਦੋਸਤੋ, ਸ਼ੌਕ ਨਹੀਂ ਮਜਬੂਰੀ ਹੈ, ਅੱਜ ਪੱਤਰਕਾਰਾਂ ਦਾ ਧਰਨਾ ਲਾਣਾ ਬਣ ਗਿਆ ਬੜਾ ਮਜਬੂਰੀ। ਹੁਣ ਅਸੀਂ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ। ਦੋਸਤੋ, ਜਨਰਲ ਦੀ ਇਹ ਉਹ ਪੁਲਿਸ ਪ੍ਰਸ਼ਾਸਨ ਹੈ, ਪੱਤਰਕਾਰ ਹਰ ਵਕਤ ਆਪਣੇ ਪੇਜ ਤੇ ਇਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਰੱਜ ਕੇ ਚਮਕਾਉਂਦਾ ਹੈ। ਮਗਰ ਦੋਸਤੋ, ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅੱਜ ਪੱਤਰਕਾਰਾਂ ਨੂੰ ਸ਼ਰਮ ਸ਼ਰਮੀ ਹੋ ਕੇ ਇੱਥੇ ਧਰਨਾ ਲਾਣਾ ਪੈ ਰਿਹਾ, ਇਸੇ ਕਰਕੇ ਕਿ ਚਮਕਾ ਦੇਣ ਵਾਲੀ ਇਸ ਪੁਲਿਸ ਪ੍ਰਸ਼ਾਸਨ ਨੇ ਅੱਜ ਕਿੱਦਾਂ ਦੀ ਹਰਕਤ ਕਰ ਦਿੱਤੀ ਹੈ। ਇਸੇ ਕਰਕੇ ਅਸੀਂ ਚਾਹੁੰਦੇ ਕਿ ਹਰ ਇੱਕ ਪੱਤਰਕਾਰ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦਾ ਹੈ। ਕਿਵੇਂ ਮੰਗ ਕਰਦਾ, ਕੀ ਗੱਲਬਾਤ ਕਰਦੇ? ਅਸੀਂ ਹੋਰ ਵੀ ਗੱਲਬਾਤ ਆਪਣੇ ਭਾਈਚਾਰਾ ਨਾਲ, ਹੋਰ ਵੀ ਵੀਰਾਂ ਨਾਲ ਗੱਲਬਾਤ ਕਰਦੇ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੇ ਸਾਰੇ ਹੀ ਪੱਤਰਕਾਰ, ਵੀਰ ਪੱਤਰਕਾਰ, ਜਿਹੜੇ ਕੁਛ ਬਾਹਰ ਨੇ ਤੇ ਜਿਹੜੇ ਕੁਛ ਇੱਥੇ ਪਹੁੰਚ ਕੇ ਵੀ ਆਪਣਾ ਜੋ ਡਿਊਟੀਆਂ ਨਿਭਾ ਰਹੇ ਆ। ਦੋਸਤੋ, ਹੈਰਾਨ ਅਸੀਂ ਸਭ ਨਾਲ ਵੱਡੀ ਗੱਲਬਾਤ ਕਰਾਂਗੇ ਸਭ ਆਜ਼ਾਦ ਜੀ ਨਾਲ। ਆਜ਼ਾਦ ਜੀ, ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਵਾ
कि अगर पत्रकार ही सेफ नहीं तो आम गरीब इंसान कितने की हालात देगा, कितना इंसाफ देगा। सक्सेना जी बिल्कुल तुसी क्या ठीक किया कि एक आम बंदा किसान इतने धक्के खाता रोज आके वो जाके सानू दफ्तर भी दस दे कि उत्थे सड़ना आ होया लेकिन अज पत्रकारों के उत्ते खुद उत्ते गल आ पई है। सारा कुछ सबूत है इस वे वीडियो रिकॉर्डिंग है धमकियां प्रॉपर दिखाई गई फिर भी कोई कार्रवाई हजे तक नहीं हो रही क्योंकि शाम के 6 बजे आके पत्रकार इतने बैठे हुए और सीपी साहब ने हजे तक यह भी नहीं के कोई गल सुन ली जाए पत्रकार की। आजाद साहब की कह सकते पुलिस प्रशासन के ट्रैवल एजेंट की सेटिंग कह सकते बिल्कुल जी कि ना कि बकायदा वह जेडे लोग मैं तो इतने तक कहांगा कि जेडे लोग फेसबुक या अपने सोशल मीडिया के उ पुलिस प्रशासन के नाल फोटो जन के मकसद यह हों के साड़ी बिल्कुल सैटिंग हैगी पुलिस को चाहिए कि उस वे कार्रवाई की जाती जब सारा कुछ सबूत है सारा कुछ है फिर भी कोई कार्रवाई नहीं हो रही। आजाद साहब जी बहुत ज्यादा धन्यवाद है भी असं कर रहे हैं मगर पंजाब पुलिस जनरल पुलिस की गल करिए दोस्तों जनरल पुलिस एक वो पुलिस प्रशासन है जिन्हों के बल देते असं दम देते रात को बेचिचके बेचैन होकर असं सोने वो पुलिस को असं सहारा लैन दो पुलिस को मदद लैन की कोशिश करते हैं जिन्हें पुलिस को तुम हर अपने पेज से अपनी कलम के नाम नाम चमकाते हो असं होर भी गलबात करेंगे साढ़े पत्रकार भाई चौधरी के जो मजबूर हैं असं सब मैडम की ना थोड़ा नीतू कपूर जी की लगता कि प्रशासन को चमकाने वाला अब प्रशासन बेशर्मी के खड़े होना पै रहा है प्रशासन के सिर तक कोई जू नहीं खड़क रही की लगता कि कोई वड्डी कारण की है साफ ही दिखाई दे रहे है कि उन्होंने कान से जू क्यों नहीं रेंग रही पैसे खादे होने ने गल सुनते नहीं पे अज ए वाली रात है कि या तो जेड़ा मीडिया है साडा वो छा जाएगा या बिल्कुल डुब जाएगा। नहीं मैडम डुब इन्हां नूं चाहिदा सी जिस बावा जोशी जी ने कहा सी एक सज्जी बांह तुसी है ते खब्बी असी हां खब्बी तुसी है ते सज्जी तुसी है पर अज एक बांह विचो गायब लग रही है कि एक बांह गायब हो रही है ए ता ओ तरह गल्लां कर रहे ने जिस तरह महल्लियां दे विच लड़ाईयां हुंदियां ना कोई सरपंच आके सुलह सहमति करांदा ए ओ गल कर रहे ने। मैं इन्हां नूं पुछना चाहनी हां जे सीपी साहब नूं एदां कोई धमकी भरिया फोन आया हुंदा फिर ए पुलिस डिपार्टमेंट सारा वेट करता कि 2 दिन का सानू टाइम दे दो फिर देखांगे 4 दिन का टाइम दे दो फिर देखांगे सवेर दे 11 बजन तो फिर देखांगे असि जदों दे इत्थे आए हैं ए 6 बजे दे सारे आके बैठे हुए ने 8 बजे दी मैं तो आई हुई हां 4 बार डीएमए दे मेंबर अंदर जा चुके ने ते बाहर हमेशा निराशा दे नाल डीएमए एसोसिएशन जिंदाबाद डीएमए एसोसिएशन जिंदाबाद साडियां मंगा पूरियां करो साडियां मंगा पूरियां करो डीएमए एसोसिएशन जिंदाबाद डीएमए एसोसिएशन जिंदाबाद। अज पुलिस प्रशासन चमका तो नतीजा पत्रकारों मिलेगा दोस्तों होर चमकाओ तो होर फल मिठा खाओ असि होर नाल भी गलबात करांगे कि असी पंजाब पुलिस नूं मारा नहीं दोस्तों आखदे मगर पंजाब पुलिस दे कुछ ऑफिसर या कुछ अस्से जो काम ऐसा ना कर दिंदे ना कि आपां नूं दिक्कतां आंदियां बहुत परेशानियां दा असी परमिंदर सिंह जी तुसीं फिर तुहाडा गलबात करना चाहुंदा की लगदा तुहानूं सर प्लीज की ना तुहाडा अमरप्रीत जी आओ तुसीं तुहाडा वी कुछ सांझे गलबात करिए की लगता कि पुलिस प्रशासन की यह वड्डी जो कमजोरी की बन की चकी है। मैं ये सोच के हैरान है कि आम बंदे का की बनता होगा और एक कानूनी तौर के उत्ते जायज है कि किसी ने भी फोन के उत्ते धमकी दे देना कि तू घर नहीं पहुंच सकता तेरा असं की करांगे वो बंदे की हालत होगी जिन्होंने धमकी मिली हो इतने तो धरना लगाना मजबूरी होगा और डीएमए ने तो पहले दिन कसम खाधी थी कि धरने नहीं लगावांगे मतलब धरने लगाने की अभी नौबत आ गई है ये तो चलो पत्रकार ने जे आम बंदे ने धमकी मिली होंगी तो ओदा की बनता मैं तो इस सोच सोच के हैरान बिल्कुल जी धमकी आम कोई छोटी मोटी धमकी नहीं धमकी वो है धमकी जो जानो मार दें अगर उ इंसान अगर अब चुप चुप पीते अपने घर चले जाते हैं रब ना करे खुदा ना खास कि अगर रस्ते में गड्डी का एक्सीडेंट हो जाता है जब अचानक गड्डी पिछो हिट मार के चली जाती है तो लास्ट की दसे या नहीं एक एक्सीडेंट सी वो बंदा दुनिया तो जा चुका है कार्रवाई फिर भी नहीं सी होनी असि फिर भी गलबात होर भी भाई साहब ने करेंगे कोई मेरे वीर जी मित्र गलबात करना चाहते हो मेरे वीर कोई मित्र खोल के दिल खोल के कोई गलबात करना चाहते हैं मजबूर हो गया धरना लाना पिया इथे तक नौबत नहीं आनी चाहिए क्योंकि पुलिस प्रशासन मीडिया ਇਹ ਇੱਕ ਦੂਜੇ ਦੇ 9 ਮਾਸ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਤੇ ਇਸ 9 ਮਾਸ ਦੇ ਰਿਸ਼ਤੇ ਨੂੰ ਅੱਜ ਇਹਨਾਂ ਨੇ ਤਾਰ ਤਾਰ ਕਰਤਾ ਹੈ ਕਿ ਸਾਨੂੰ ਪ੍ਰੈਸ ਵਾਲਿਆਂ ਨੂੰ ਇੰਨੀ ਜਿੱਦੋ ਜਹਿਦ ਕਰਨੀ ਪੈ ਰਹੀ ਹੈ ਕਿ ਸਾਡੇ
ਜਿਹੜੇ ਅਹੁਦੇਦਾਰ ਨੇ ਡੀ ਐਮ ਏ ਦੇ ਉਹਨਾਂ ਨੂੰ ਧਮਕੀਆਂ ਮਿਲਣ ਦੇ ਬਾਵਜੂਦ ਕੇਸ ਨਹੀਂ ਦਰਜ ਹੋ ਰਿਹਾ, ਇਹ ਬੜੀ ਸ਼ਰਮਨਾਕ ਗੱਲ ਹੈ। ਬਿਲਕੁਲ ਜੀ, ਸ਼ਰਮਨਾਕ ਗੱਲ ਹੈ। ਵੱਡਾ ਇਹੀ ਕਾਰਨ ਹੈ ਕਿ ਤੁਸੀਂ ਜਦੋਂ ਇੱਕ ਫੀਤੀ ਦੀ ਬਜਾਏ ਚਮਕਾ ਚਮਕਾ ਕੇ ਦੋ ਤਿੰਨ ਫੀਤੀਆਂ ਹੋਰ ਲਗਵਾ ਦਿੰਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਨਜ਼ਾਰਾ ਕੀ ਜਾਂਦਾ। ਮਗਰ ਦੋਸਤੋ, ਅਸੀਂ ਪੰਜਾਬ ਪੁਲਿਸ ਜਿੰਦੇ ਪੁਲਿਸ ਦੀ ਗੱਲ ਕਰੀਏ, ਸ਼ਾਨ ਵਾਕਈ ਹੈ ਸਾਡੇ ਪੰਜਾਬ ਦੀ ਸ਼ਾਨ ਹੈ, ਮਗਰ ਅੱਜ ਮਜਬੂਰੀ ਹੈ ਕਿ ਚਲਾ ਚਲਾ ਕੇ ਬੋਲਣਾ ਪੈ ਰਿਹਾ ਹੈ ਕਿ ਦੋਸਤੋ ਜਿੱਥੇ ਹੋਏਗਾ ਧੱਕਾ ਉੱਥੇ ਤੁਹਾਡਾ ਵੀਰ ਤੇ ਪੂਰੀ ਆਮਣੇ ਸਾਹਮਣੇ ਟੀਮ ਤੇ ਹੋਰ ਵੀ ਜਲੰਧਰ ਆਮਣੇ ਸਾਹਮਣੇ ਪੱਤਰਕਾਰ ਪਹੁੰਚਣਗੇ ਪੱਕਾ। ਕੈਮਰਾਮੈਨ ਦੇ ਨਾਲ ਐਸ ਕੇ ਸਿਕਸਨਾ ਆਜ ਤੱਕ ਆਮਣੇ ਸਾਹਮਣੇ।